ਕੱਤre ਕਾਲਸ ਦੇਖ ਰਹੇ ਪੰਜਾਬ ਮੀਲ ਯੂਐਸਟੀਵੀ ਮੈਂਬਰਨ ਕੌਮਾਨ ਕਬਰਾਂ ਦੇ ਬ੍ਰਿਟਨਸ ਤੁਹਾਡਾ ਸਵਾਗਤ ਖਬਰਾਂ ਦੀ ਬ੍ਰਿਟਨ ਦੇ ਸਪான்ਸਰ ਰੀਅਲ ਏਸਟੇਟ ਬਰਕਰ ਮੋਹਨ ਚੀਮਾ ਰੀਅਲ ਏਸਟੇਟ ਦੀ ਦੁਨੀਆ ਚ ਮੰਨਿਆ ਪਰਮਰੀਆ ਨਾਮ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਭਾਰਤੀ ਵਿਦਿਆਰਥੀਆਂ ਨੂੰ ਮੈਡੀਕਲ ਡਿਗਰੀ ਲਈ ਪਾਕਿਸਤਾਨ ਨਾ ਜਾਣ ਦੀ ਸਲਾਹ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਚੰਗੀ ਖਬਰ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਐਤਵਾਰ ਤੋਂ ਹੁਣ 5 ਦਿਨ ਚੱਲੇਗੀ ਫਲਾਈਟ ਇਜ਼ਰਾਈਲ ਤੋਂ ਨਿਸ਼ਾਨੀ ਦੇ ਤੌਰ ਤੇ ਬੰਬ ਲੈ ਜਾਣਾ ਚਾਹੁੰਦਾ ਸੀ ਅਮਰੀਕੀ ਪਰਿਵਾਰ 에ਅਰਪੋਰਟ ਤੇ ਪਈਆਂ ਪਾਜੜਾਂ ਤਾਲਿਬਾਨ ਅਫਗਾਨ ਕੁੜੀਆਂ ਦੇ ਸਕੂਲ ਦੁਬਾਰਾ ਖੁੱਲਣ ਦੇ ਵਾਅਦੇ ਤੋਂ ਮੁਕਰ ਗਿਆ ਅਮਰੀਕੀ ਵਿਦੇਸ਼ ਮੰਤਰੀ ਕੈਲੀਫੋਰਨੀਆ ਨੇ 50 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਵਿਅਕਤੀਆਂ ਲਈ ਮੈਜਿਕਲ ਦਾ ਕੀਤਾ ਪ੍ਰਬੰਧ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੌਮੀ ਮੈਡੀਕਲ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਪਾਕਿਸਤਾਨ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਨਾ ਲੈਣ ਕਮਿਸ਼ਨ ਨੇ ਇੱਕ ਨੋਟਿਸ ਕੱਢ ਕੇ ਵਿਦਿਆਰਥੀਆਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ ਦਸਰਣਯੋਗ ਹੈ ਕਿ ਕੁਝ ਦਿਨ ਪਹਿਲਾਂ UGC ਤੇ AICTE ਨੇ ਵੀ ਸੰਜੇਡ ਵਾਈਜ਼ਰੀ ਜਾਰੀ ਕਰਕੇ ਵਿਦਿਆਰਥੀਆਂ ਨੂੰ ਪਾਕਿਸਤਾਨ ਦੇ ਕਿਸੇ ਵੀ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਦਾਖਲਾ ਨਾ ਲੈਣ ਲਈ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਅਜਿਹਾ ਕਰਨ ਵਾਲੇ ਭਾਰਤੀ ਵਿਦਿਆਰਥੀ ਦੇਸ਼ ਵਿੱਚ ਨੌਕਰੀ ਲੈਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਅਯੋਗ ਠਹਿਰਾ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਸਾਰੀਆਂ ਸੰਬੰਧਤ ਧਿਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵਰਟੀਕਲ ਸਿੱਖਿਆ ਲਈ ਪਾਕਿਸਤਾਨ ਨਾ ਜਾਣ ਇਹ ਹਦਾਇਤਾਂ ਹਾਲਾਂਕਿ ਦਸੰਬਰ 2018 ਤੋਂ ਪਹਿਲਾਂ ਪਾਕਿਸਤਾਨ ਗਏ ਵਿਦਿਆਰਥੀਆਂ ਉੱਤੇ ਲਾਗੂ ਨਹੀਂ ਹੋਣਗੀਆਂ ਆਖਰਕਾਰ 2 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਤਵਾਰ ਤੋਂ ਸਿੰਗਾਪੁਰ ਜਾਣ ਵਾਲੀ ਸਕੂਟ 에ਅਰਲਾਈਨ ਦੀ ਉਡਾਣ ਹਫ਼ਤੇ ਵਿੱਚ 5 ਦਿਨ ਉਡਾਣ ਭਰੇਗੀ ਅਜਿਹੇ ਵਿੱਚ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ 5 ਦਿਨਾਂ ਲਈ ਫਲਾਈਟ ਦੀ ਆਮਦ ਤੇ ਰਵਾਨਗੀ ਕਰਣ ਜ਼ਰੂਰੀ ਕੰਮ ਲੈ ਜਾਣ ਵਾਲੇ ਲੋਕ ਇੱਕ ਦੋ ਦਿਨਾਂ ਵਿੱਚ ਆਸਾਨੀ ਨਾਲ ਵਾਪਸ ਆ ਸਕਣਗੇ ਹਾਲਾਂਕਿ 에ਅਰਲਾਈਨ ਕੰਪਨੀ ਨੇ ਕਰੀਬ 1 ਮਹੀਨਾ ਪਹਿਲਾਂ ਇਸ ਦਾ ਐਲਾਨ ਕਰ ਦਿੱਤਾ ਸੀ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਸੀ ਉਡਾਣ ਮਾਰਚ 2020 ਤੋਂ ਬੰਦ ਸੀ ਇਸ ਤੋਂ ਬਾਅਦ ਏਅਰ ਬੱਬਲ ਸਮਝੌਤੇ ਤਹਿਤ ਪਹਿਲੇ ਹਫਤੇ ਵਿੱਚ ਇੱਕਦਲੇ ਉਡਾਣ ਸ਼ੁਰੂ ਕੀਤੀ ਗਈ ਸੀ ਜਦੋਂ ਯਾਤਰੀਆਂ ਦੀ ਗਿਣਤੀ ਵਧਣ ਲੱਗੀ ਫਰਵਰੀ 2022 ਵਿੱਚ ਹਫਤੇ ਵਿੱਚ ਤਿੰਨ ਦਿਨ ਉਡਾਣ ਸ਼ੁਰੂ ਕੀਤੀ ਗਈ ਇਸ ਉਡਾਣ ਰਾਹੀਂ ਪੰਜਾਬ ਸਵੇ ਇਤਿਹਾਸ਼ਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਨਵੇਂ ਸ਼ਡਿਊਲ ਮੁਤਾਬਕ ਸਕੂਟ 에ਅਰਲਾਈਨ ਦੀਆਂ ਉਡਾਣਾਂ ਮੰਗਲਵਾਰ ਤੇ ਸ਼ਨੀਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਉਡਾਣ ਭਰਨਗੀਆਂ ਜਦਕਿ ਮੌਜੂਦਾ ਸਮੇਂ ਵਿੱਚ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਿੱਧੀਆਂ ਉਡਾਣਾਂ ਚੱਲਦੀਆਂ ਨੇ बोइंग 787 अमृतसर सिंगापुर ਵਿਚਕਾਰ ਉਡਾਣ ਭਰੇਗਾ ਜਿਸ ਵਿੱਚ 335 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ ਹੁਣ ਉਡਾਣ ਦੀ ਫ੍ਰੀਕੁਐਂਸੀ ਵਧਣ ਨਾਲ ਇੱਕ ਹਫ਼ਤੇ ਵਿੱਚ 1675 ਯਾਤਰੀ ਇੱਕ ਪਾਸੇ ਤੋਂ ਜਾ ਸਕਣਗੇ ਸਿੰਗਾਪੁਰ ਤੋਂ ਉਡਾਣ ਭਰਨ ਤੋਂ ਬਾਅਦ ਇਹ ਫਲਾਈਟਸ ਵੀਰੇ 4:10 ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇਗੀ ਉਸ ਤੋਂ ਬਾਅਦ ਇਹ ਫਲਾਈਟ ਸ਼ਾਮ 7:40 ਤੇ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਰਵਾਨਾ ਹੋਏਗੀ ਇਜ਼ਰਾਈਲ ਤੋਂ ਅਮਰੀਕਾ ਜਾ ਰਹੇ ਇੱਕ ਪਰਿਵਾਰ ਦੇ ਬੈਗ ਵਿੱਚੋਂ ਬੰਬ ਮਿਲਣ ਕਾਰਨ ਬੈਨ ਗੁਰਿਆਨ 에어ਪੋਰਟ ਤੇ ਪਾਜੜਾ ਪੈ ਗਈਆਂ ਅਮਰੀਕੀ ਪਰਿਵਾਰ ਇਸ ਬੰਬ ਨੂੰ ਯਾਦਗਾਰ ਦੇ ਤੌਰ ਤੇ ਇਜ਼ਰਾਈਲ ਤੋਂ ਆਪਣੇ ਦੇਸ਼ ਲੈ ਕੇ ਜਾ ਰਹੇ ਸੀ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਬੈਗ ਵਿੱਚ ਰੱਖੀ ਲੋਹੇ ਦੀ ਵਸਤੂ ਇੱਕ ਜਿੰਦਾ ਬੰਬ ਹੈ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਦੇਸ਼ ਆਰਥਿਕ ਮਾਰ ਚੱਲ ਰਿਹਾ ਦੂਜੇ ਪਾਸੇ ਅਫਗਾਨਿਸਤਾਨ ਦੇ ਲੋਕ ਬਹੁਤ ਸਾਰੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਨੇ ਦੇਸ਼ ਪਰ ਵਿੱਚ ਅਸ਼ਾਂਤੀ ਦਾ ਮਾਹੌਲ ਹੈ ਤਲਬਾਨ ਨੂੰ ਤੱਤਾ ਵਿੱਚ ਆਏ ਕਰੀਬ 8 ਮਹੀਨੇ ਬੀਤ ਚੁੱਕੇ ਨੇ ਤੇ ਉਦੋਂ ਤੋਂ ਹੀ ਲੜਕੀਆਂ ਦੀ ਸਿੱਖਿਆ ਪ੍ਰਤੀ ਤਲਬਾਨ ਦਾ ਰਵੱਈਆ ਸਹੀ ਨਹੀਂ ਰਿਹਾ ਇਸ ਤੇ ਜਵਾਬ ਆਉਂਦੇ ਰਹਿੰਦੇ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਰ ਨੇ ਇਸ ਗੱਲ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਤਲਬਾਨ ਅਫਗਾਨਿਸਤਾਨ ਵਿੱਚ ਲੜਕੀਆਂ ਲਈ ਸਕੂਲ ਦੁਆਰਾ ਖੁੱਲਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ ਤਾਲਿਬਾਨ ਸਰਕਾਰ ਤੇ ਛੁਟਕੀਆਂ ਲੈਂਦਿਆਂ ਉਸਨੇ ਉਹਨਾਂ ਦੇ ਜ਼ੋਰਦਾਰ ਨਿਸ਼ਾਨਾ ਸਾਧਿਆ ਟੋਲ న్యూਸ ਦੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਵਿੱਚ ਇੱਕ ਸੈਨੇਟ ਕਮੇਟੀ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਬਲਿੰਕਨ ਨੇ ਕਿਹਾ ਕਿ ਤਾਲਿਬਾਨ ਛੇਵੀਂ ਜਮਾਤ ਤੋਂ ਉੱਪਰ ਦੀਆਂ ਅਫਗਾਨ ਕੁੜੀਆਂ ਨੂੰ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਿਹਾ ਹੈ ਬਲਿੰਕਨ ਨੇ ਕਿਹਾ ਅਸੀਂ ਦੇਖਿਆ ਹੈ ਕਿ ਹਾਲ ਹੀ ਵਿੱਚ ਤਾਲਿਬਾਨ ਨੇ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਤੋਂ ਪਿੱਛੇ ਹਟ ਗਿਆ ਹੈ ਕਿ ਕੁੜੀਆਂ ਛੇਵੀਂ ਜਮਾਤ ਤੋਂ ਉੱਪਰ ਦੇ ਸਕੂਲ ਵਿੱਚ ਜਾ ਸਕਣ ਬਲਿੰਕਨ ਇਹ ਹੈ ISIS ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਤਾਲਿਬਾਨ ਦਾ ਦੁਸ਼ਮਣ ਹੈ ਅਤੇ ਇਹ ਮੁੱਦਾ ਤਾਲਿਬਾਨ ਦੀ ਇੱਛਾ ਨਹੀਂ ਹੈ ਇਹ ਉਹਨਾਂ ਦੀ ਸਮਰੱਥਾ ਹੈ ਬਲਿੰਕਨ ਨੇ ਕਿਹਾ ਜਦੋਂ ਅਲ ਕਾਇਦਾ ਅਰਬ ਅਲ ਕਾਇਦਾ ਕੌਰ ਦੀ ਗੱਲ ਆਉਂਦੀ ਹੈ ਤਾਂ ਇੱਥੇ ਬਹੁਤ ਘੱਟ ਲੋਕ ਨੇ ਇਸ ਤੋਂ ਇਲਾਵਾ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਕਾਰਕੁਨ ਸ਼ਹਲਾ ਆਰੀਫੀ ਨੇ ਔਰਤ ਦੀ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਇਸ ਜ਼ਰੂਰੀ ਤੱਥ ਨੂੰ ਉਜਾਗਰ ਕੀਤਾ ਕਿ ਅਫਗਾਨ ਔਰਤਾਂ ਦੇਸ਼ ਦਾ ਪਵਿੱਖਣੇ ਅਤੇ ਫਿਰ ਵੀ ਉਹਨਾਂ ਨੂੰ ਵਿਦਿਅਕ ਸਮਾਜਿਕ ਅਤੇ ਰਾਜਨੀਤਿਕ ਅਧਿਕਾਰਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਸਤੋਂ ਪਹਿਲਾਂ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਦੇਸ਼ ਦੂਤ ਥਾਮਸ ਵੈਸਟ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਦ ਕਰਜ਼ਾਈ ਨਾਲ ਫੋਨ 'ਤੇ ਗੱਲਬਾਤ ਦੌਰਾਨ ਲੜਕੀਆਂ ਦੇ ਸਕੂਲਾਂ 'ਤੇ ਪਾਬੰਦੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਕੈਲੀਫੋਰਨੀਆ ਨਿਵਾਸੀਆਂ ਨੂੰ ਗਵਰਨਰ ਗੈਵਨ ਨਿਊਜ਼ੋਮ ਨੇ ਅਪ੍ਰੈਲ 29 2022 ਨੂੰ ਵੱਡੀ ਖੁਸ਼ਖਬਰੀ ਦਿੱਤੀ 1 ਮਈ ਤੋਂ ਕੈਲੀਫੋਰਨੀਆ ਸਟੇਟ ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾ ਹਰ ਯੋਗ ਰਾਜ ਨਿਵਾਸੀ ਲਈ ਮੈਡੀਕਲ ਦਾ ਪ੍ਰਬੰਧ ਹੋਏਗਾ ਮੈਡੀਕਲ ਕਟ ਆਮਦਨੀ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਕੈਲੀਫੋਰਨੀਆ ਦਾ ਸਿਹਤ ਕਵਰੇਜ ਪ੍ਰੋਗਰਾਮ ਹੈ ਜੋ ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾ 50 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ 1,85,000 ਤੋਂ ਵੱਧ ਵਿਅਕਤੀਆਂ ਨੂੰ ਪੂਰੀ ਕਵਰੇਜ ਲਈ ਯੋਗਤਾ ਬਣਾ ਰਿਹਾ ਹੈ ਗਵਰਨਰ ਨਿਊਜ਼ੋਮ ਨੇ ਪਿਛਲੇ ਸਾਲ ਕਾਨੂੰਨ ਤੇ ਹਸਤਾਖਰ ਕੀਤੇ ਸਨ ਜਿਸ ਨਾਲ ਕੈਲੀਫੋਰਨੀਆ ਦੇਸ਼ ਦਾ ਪਹਿਲਾ ਰਾਜ ਬਣ ਗਿਆ ਸੀ ਜਿਸ ਨੇ ਇਮਿਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾ 50 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ ਘਟ ਆਮਦਨ ਵਾਲੇ ਵਿਅਕਤੀਆਂ ਲਈ ਪੂਰੀ ਸਕੋਪ ਮੈਡੀਕਲ ਯੋਗਤਾ ਦਾ ਵਿਸਤਾਰ ਕੀਤਾ ਸੀ ਵਿਧਾਨਕ ਪ੍ਰਵਾਨਗੀ ਦੇ ਅਧੀਨ ਗਵਰਨਰ ਨਿਊਜ਼ਮ ਨੇ ਸਾਲ ਉਮਰ ਜਾਇ ਇਮਿਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਸਾਰੇ ਯੋਗ ਨਿਵਾਸੀਆਂ ਲਈ ਮੈਡੀਕਲ ਦਾ ਵਿਸਤਾਰ ਕਰਨ ਦਾ ਪ੍ਰਸਤਾਵ ਕੀਤਾ ਹੈ ਵਿਸਤਾਰ ਆਬਾਦੀ ਵਿੱਚ 50 ਸਾਲ ਦਾ ਇਸ ਤੋਂ ਬਾਅਦ ਉਮਰ ਦੇ ਵਿਅਕਤੀ ਸ਼ਾਮਲ ਨੇ ਜੋ ਮੈਡੀਕਲ ਯੋਗ ਨੇ ਜਿਨ੍ਹਾਂ ਕੋਲ ਤਸੱਲੀ ਬਖਸ਼ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ ਜਾਂ ਪੂਰੀ ਸਕੋਪ ਮੈਡੀਕਲ ਲਈ ਤਸੱਲੀ ਬਖਸ਼ ਇਮੀਗ੍ਰੇਸ਼ਨ ਸਟੇਟਸ ਸਥਾਪਿਤ ਕਰਨ ਵਿੱਚ ਅਸਮਰਥ ਨੇ ਅਤੇ ਅਜੇ ਤੱਕ ਮੈਡੀਕਲ ਲਈ ਅਪਲਾਈ ਨਹੀਂ ਕੀਤਾ ਇਸ ਵਿੱਚ 50 ਸਾਲ ਜਾਂ ਇਸ ਤੋਂ ਵੀ ਵੱਧ ਉਮਰ ਦੇ ਵਿਅਕਤੀ ਵੀ ਸ਼ਾਮਲ ਨੇ ਜੋ ਵਰਤਮਾਨ ਵਿੱਚ ਪ੍ਰਤੀਬੰਧਿਤ ਸਕੋਪ ਮੈਡੀਕਲ ਵਿੱਚ ਦਾਖਲ ਨੇ ਰਾਜ ਨੇ ਪਿਛਲੇ ਕਈ ਸਾਲਾਂ ਤੋਂ ਵਧੇਰੇ ਕੈਲੀਫੋਰਨੀਆ ਵਾਸੀਆਂ ਤੱਕ ਸਿਹਤ ਕਵਰੇਜ ਵਧਾਉਣ ਲਈ ਕੰਮ ਕੀਤਾ ਹੈ ਮਈ 2016 ਵਿੱਚ 19 ਸਾਲ ਤੋਂ ਘੱਟ ਉਮਰ ਦੇ ਬੱਚੇ ਪੂਰੇ ਸਕੋਪ ਮੈਡੀਕਲ ਲਾਭਾਂ ਲਈ ਯੋਗ ਬਣ ਗਏ ਨੇ ਤੇ ਜਨਵਰੀ 2020 ਵਿੱਚ ਪੂਰੇ ਸਕੋਪ ਮੈਡੀਕਲ ਨੂੰ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ 19 ਤੋਂ 25 ਸਾਲ ਦੀ ਉਮਰ ਦੇ ਬਾਲਗਾਂ ਤੱਕ ਵਧਾ ਦਿੱਤਾ ਗਿਆ ਪਹਿਲਾਂ ਇਹ ਵਿਅਕਤੀ ਕੇਵਲ ਸੀਮਤ ਮੈਡੀਕਲ ਸੇਵਾਵਾਂ ਲਈ ਯੋਗ ਸਨ ਜਿਵੇਂ ਕਿ ਐਮਰਜੈਂਸੀ ਜਨਮ ਤੋਂ ਪਹਿਲਾਂ ਅਤੇ ਲੰਬੇ ਸਮੇਂ ਦੀ ਦੇਖਭਾਲ ਹੋਣੋ ਮੈਡੀਕਲ ਪ੍ਰੋਗਰਾਮ ਦੇ ਅਧੀਨ ਵਾਖਵਾਖ ਡਿਲੀਵਰੀ ਸਿਸਟਮ ਰਾਹੀਂ ਬਿਨਾਂ ਲਗਾਤਾਰ ਘੱਟ ਕੀਮਤ ਵਾਲੇ ਗੁਣਵੱਤਾ ਵਾਲੀ ਸਿਹਤ ਵਿਵਹਾਰ ਸੰਬੰਧੀ ਸਿਹਤ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਗਾੜ ਸੇਵਾਵਾਂ ਅਤੇ ਦੰਦਾਂ ਦੀ ਸੇਵਾਵਾਂ ਸਮੇਤ ਮੈਡੀਕਲ ਲਾਭਪਾਤਰੀਆਂ ਲਈ ਉਪਲਬਧ ਲਾਭਾਂ ਦੀ ਪੂਰੀ ਸ਼੍ਰੇਣੀ ਤੱਕ ਪਹੁੰਚ ਕਰ ਸਕਦੇ ਨੇ ਵਾਈਟ ਹਾਊਸ ਦੇ ਪ੍ਰੈਸ ਸਕਟਰ ਜੇਨ ਸਾਕੀ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਦੇ ਮੁੱਦੇ ਤੇ ਭਾਰਤ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਅਗਲੇ ਮਹੀਨੇ ਜਾਪਾਨ ਵਿੱਚ ਹੋਣ ਵਾਲੇ ਕੁਆਡ ਸਿਖਰ ਸੰਮੇਲਨ ਵਿੱਚ ਇਸ ਤੇ ਗੱਲਬਾਤ ਕੀਤੀ ਜਾਏਗੀ ਜਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੁੱਧ ਵਿੱਚ ਯੂਕਰੇਨ ਦੇ ਲੋਕਾਂ ਦੀ ਮਦਦ ਕਰਨ ਲਈ ਭਾਰਤੀ ਨੇਤਾਵਾਂ ਦੇ ਨਾਲ ਸਾਡੀ ਗੱਲਬਾਤ ਚੱਲੀ ਹੈ ਚਾਹੇ ਉਹ ਸਾਡੇ ਵੱਲੋਂ ਲਗਾਈ ਗਈ ਪਾਬੰਦੀਆਂ ਹੋਣ ਜਾਂ ਜੋ ਅਸੀਂ ਸਹਾਇਤਾ ਪ੍ਰਦਾਨ ਕੀਤੀ ਹੈ ਅਸੀਂ ਬੈਠਕ ਵਿੱਚ ਇਹ ਗੱਲ ਰੱਖਾਂਗੇ ਉਹ ਜਾਪਾਨ ਵਿੱਚ ਮਈ ਚ ਹੋਣ ਵਾਲੇ ਕੁਆਡ ਸਿਖਰ ਸੰਮੇਲਨ ਅਤੇ ਉਸ ਵਿੱਚ ਯੂਕਰੇਨ ਦਾ ਮੁੱਦਾ ਚੁੱਕੇ ਜਾਣ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ ਰੂਸ ਦੇ ਨਾਲ ਆਰਥਿਕ ਸੰਬੰਧਾਂ ਨੂੰ ਸੀਮਿਤ ਕਰਨ ਅਤੇ ਯੂਕਰੇਨ ਤੇ ਰੂਸੀ ਹਮਲੇ ਦਾ ਵਿਰੋਧ ਕਰਨ ਦੇ ਲਈ ਭਾਰਤ ਤੇ ਵੱਧਦੇ ਪੱਛਮੀ ਦਬਾਅ ਦੇ ਵਿੱਚ ਸਾਕੀ ਦੀ ਇਹ ਟਿੱਪਣੀ ਆਈ ਹੈ ਭਾਰਤ ਨੇ ਅਜੇ ਤੱਕ ਯੂਕਰੇਨ ਤੇ ਰੂਸ ਦੇ ਹਮਲੇ ਦੀ ਜਨਤਕ ਤੌਰ ਤੇ ਨਿੰਦਾ ਨਹੀਂ ਕੀਤੀ ਹੈ ਉਹ ਗੱਲਬਾਤ ਤੇ ਕੂਟਨੀਤੀ ਦੇ ذریعے ਸੰਘਰਸ਼ ਦੇ ਹੱਲ ਦੀ ਗੱਲ ਕਰਦਾ ਰਿਹਾ ਹੈ ਅਮਰੀਕਾ ਨੇ ਯੂਕਰੇਨ ਨੂੰ ਹਥਿਆਰ ਮਹੱਈਆ ਕਰਵਾਏ ਨੇ ਅਮਰੀਕੀ ਰੱਖਿਆ ਹੈਡਕੁਆਰਟਰ ਪੈਂਟਾਗਨ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਯੂਕਰੇਨ ਦੀ ਮਦਦ ਲਈ ਭਾਰੀ ਮਾਤਰਾ ਵਿੱਚ ਮਿਲਟਰੀ ਹਥਿਆਰ ਅਤੇ ਉਪਕਰਣ ਪੂਰਬੀ ਯੂਰਪ ਪੁੱਜੇ ਨੇ ਇਹ ਸਭ ਸੱਤਾ ਦੇਸ਼ ਦੀ 20 ਫਲਾਈਟ ਰਾਹੀਂ ਪੁੱਜੇ ਨੇ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਹਥਿਆਰ ਰੌਕੇਟ ਛੋਟੇ ਹਥਿਆਰ ਦੇ ਗੋਲਾ ਬਰੂਦ ਅਤੇ ਹੋਰ ਦੇਸ਼ਾਂ ਦੇ ਹਲਵਰਟ ਵੀ ਭੇਜੇ ਗਏ ਨੇ ਸ਼ਨੀਚਰਵਾਰ ਨੂੰ ਇੱਕ ਦਰਜਨ ਤੋਂ ਜ਼ਿਆਦਾ ਉਡਾਣਾ ਰਹੀ ਅਮਰੀਕੀ ਤੋਪਖਾਨੇ ਰਡਾਰ ਸਿਸਟਮ ਅਤੇ ਫਿਨਿਕਸ ਕੋਸਟਨ ਡਰੋਨ ਯੂਕਰੇਨ ਦੀ ਮਦਦ ਲਈ ਪੁੱਜੇ ਪੈਂਟਾਗਨ ਅਨੁਸਾਰ ਪੂਰਬੀ ਯੂਕਰੇਨ ਵਿੱਚ ਰੂਸੀ ਸੈਨਾ ਦੀ ਰਫ਼ਤਾਰ ਹੌਲੀ ਹੈ ਇੱਥੇ ਯੂਕਰੇਨੀ ਸੈਨਾ ਉਹਨਾਂ ਨੂੰ ਚੁਣੌਤੀ ਦੇ ਰਹੀ ਹੈ ਦੋ ਵਰਤਾਨਵੀ ਸਮਾਜ ਸੇਵਕਾਂ ਨੂੰ ਰੂਸੀ ਫੌਜ ਨੇ ਫੜ ਲਿਆ ਹੈ ਕਿਉਂਕਿ ਉਹ ਤਿੰਨ ਲੋਕਾਂ ਨੂੰ ਯੂਕਰੇਨ ਛੱਡਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਸੰਸਦ ਦੇ ਸਵੀਡਨ ਦੇ ਨਾਟੋ ਵਿੱਚ ਸ਼ਾਮਲ ਹੋਣ ਦਾ ਸਮਰਥਨ ਕਰ ਰਹੇ ਨੇ ਬ੍ਰਿਟਾਨੀਆ ਪੂਰੇ ਯੂਰਪ ਵਿੱਚ ਨਾਟੋ ਫੋਰਸਾਂ ਵਿੱਚ ਸ਼ਾਮਲ ਹੋਣ ਲਈ 8000 ਸੈਨਿਕ ਭੇਜੇਗਾ ਸ਼ੀਤ ਜੁੱਦ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੀ ਤਾਇਨਾਤੀ ਹੋਏਗੀ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਅਗਲੇ ਸਾਲ ਮੇਅਰ ਚੋਣ ਹੋਣ ਵਾਲੀ ਹੈ ਇਸ ਨੂੰ ਲੈ ਕੇ 1 ਕਰੋੜ ਪਤੀ ਨੇ ਪੈਟਰੋਲ ਦੇ ਜ਼ਰੀਏ ਜਿੱਤਣ ਦਾ ਦਿਲ ਰਸਤਾ ਬਣਾਇਆ ਹੈ ਵਿਲੀ ਵਿਲਸਨ ਨਾਂ ਦੇ ਸ਼ਖਸ ਨੇ 50 ਡਾਲਰ ਦਾ ਪੈਟਰੋਲ ਮੁਫਤ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹੈ ਇਸ ਸ਼ਹਿਰ ਵਿੱਚ ਜਿੱਤ ਹਾਸਲ ਕਰਨ ਦੇ ਲਈ ਵੋਟਰਾਂ ਨੂੰ ਲਿਬਾਉਣ ਤੇ ਕੋਈ ਰੋਕ ਨਹੀਂ ਹੈ ਇਸ ਸਮੇਂ ਪੈਟਰੋਲ ਦੀ ਵਾਧੇ ਕੀਮਤ ਚਰਚਾ ਵਿੱਚ ਹੈ ਵਿਲਸਨ ਦੇ ਘਰ ਅੱਗੇ ਸਵੇਰੇ 4 ਵਜੇ ਤੋਂ 300 ਗੱਡੀਆਂ ਦੀ ਲਾਈਨ ਲੱਗ ਰਹੀ ਹੈ Toyota ਤੋਂ ਲੈ ਕੇ Range Rover brand ਤੱਕ ਦੀਆਂ ਗੱਡੀਆਂ Uric ਵਿੱਚ ਖੜੀਆਂ ਨੇ ਵਲਟਨਸਰਫ ਇੱਕ ਜਗ੍ਹਾ ਨਹੀਂ ਬਲਕਿ ਸ਼ਹਿਰ ਦੇ 15 ਅਲੱਗ-alੱਗ ਜਗ੍ਹਾ ਤੇ ਉਪਨਗਰਾਂ ਵਿੱਚ 11 ਜਗ੍ਹਾ ਤੇ ਪੈਟਰੋਲ ਵੰਡ ਰਹੇ ਨੇ 2 ਮਹੀਨੇ ਵਿੱਚ ਤੀਜੀ ਵਾਰ ਪੈਟਰੋਲ ਮੁਫਤ ਵੰਡਣ ਦੀ ਮਿਹਮ ਚਲਾ ਕੇ ਉਹ ਇਸ ਦੇ ਕਰੀਬ 2.2 ਮਿਲੀਅਨ ਡਾਲਰ ਖਰਚ ਕਰ ਚੁੱਕੇ ਨੇ ਵਲਜ਼ਾ ਨੇ ਅਜਿਹਾ ਜ਼ਿਆਦਾਤਰ ਉਨ੍ਹਾਂ ਇਲਾਕਿਆਂ ਵਿੱਚ ਕੀਤਾ ਹੈ ਜਿੱਥੇ ਕਾਲੇ ਲੋਕ ਰਹਿੰਦੇ ਨੇ ਵਲਤਨ ਦਾ ਕਹਿਣਾ ਹੈ ਕਿ ਡਾਲਰ ਦੇ ਇਸਤੇਮਾਲ ਦਾ ਇਹ ਚੰਗਾ ਤਰੀਕਾ ਹੈ ਇਸ ਨਾਲ ਗਰੀਬਾਂ ਦੀ ਮਦਦ ਹੋ ਜਾਂਦੀ ਹੈ ਸ਼ਿਕਾਗੋ ਵਿੱਚ ਜ਼ਿਆਦਾਤਰ ਗਰੀਬ ਕਾਲੇ ਪਰਿਵਾਰਾਂ ਦੇ ਕੋੜ ਕਾਰਨ ਇਹ ਹੋਣ ਦੀ ਗੱਲ ਤੇ ਵਿਲਸਨ ਦੇ ਕਦਮ ਦਾ ਵਿਰੋਧੀ ਮਜ਼ਾਕ ਵੀ ਉਡਾ ਰਹੇ ਨੇ ਲੇਕਿਨ ਖੁਦ ਵੀ ਇਹੀ ਰਾਹ ਫੜ ਰਹੇ ਨੇ ਮੇਅਰ ਲੋਰੀ ਨੇ ਵੀ ਵੋਟਰਾਂ ਨੂੰ ਲੁਭਾਉਣ ਲਈ ਲੋਕਾਂ ਨੂੰ ਪੈਟਰੋਲ ਅਤੇ ਟਰਾਂਸਪੋਰਟੇਸ਼ਨ ਦੀ ਖਾਤਰ 50 ਹਜ਼ਾਰ ਪ੍ਰੀਪੇਡ ਕਾਰ ਵੰਡਣ ਦੀ ਯੋਜਨਾ ਦੇ ਲਈ ਸਿਟੀ ਕਾਉਂਸਲ ਤੋਂ ਮੋਹਰ ਲਗਵਾਈ ਹੈ ਇਸ ਤੇ 12.5 ਮਿਲੀਅਨ ਡਾਲਰ ਖਰਚ ਹੋਣਗੇ ਕੈਨੇਡਾ ਦੇ ਓਟਾਵਾ ਵਿੱਚ ਸ਼ੁੱਕਰਵਾਰ ਰਾਤ ਨੂੰ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਪੁਲਿਸ ਨਾਲ ਸਾਹਮਣਾ ਹੋ ਗਿਆ ਜਿਸ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਵਿਡ-19 ਪਾਬੰਦੀਆਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਮੂਹ ਫਰੀडम ਫਾਈਟਰਸ ਕੈਨੇਡਾ ਵੱਲੋਂ ਆਯੋਜਿਤ ਰੋਲਿੰਗ ਥੰਡਰ ਨਾਮਕ ਰੈਲੀ ਦੌਰਾਨ ਕੁਝ ਟਰੱਕ ਪਾਰਲੀਮੈਂਟ ਹਿਲਵਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਉਟਾਵਾ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਲੰਬੇ ਸਮੇਂ ਤੱਕ ਪ੍ਰਦਰਸ਼ਨ ਕਰਨ ਆਗਿਆ ਨਹੀਂ ਦਿੱਤੀ ਜਾਏਗੀ ਮੁਜ਼ਹਾਰੇ ਸ਼ੁਰੂ ਵਿੱਚ ਸ਼ਾਂਤਮਈ ਸਨ ਪਰ ਸ਼ਾਮ ਨੂੰ ਪੁਲਿਸ ਨੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵੱਡੇ ਕਾਫਲੇ ਨੂੰ ਚੇਤਾਵਨੀ ਦਿੱਤੀ ਦੇਖਦੇ-ਦੇਖਦੇ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਖੜੇ ਟਰੱਕਾਂ ਕੋਲ ਇਕੱਠੇ ਹੋ ਗਏ ਪੁਲਿਸ ਨੇ ਟਰੱਕਾਂ ਨੇੜੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਤਹਿਤ ਭੀੜ ਨੂੰ ਪਿੱਛੇ ਧੱਕਾ ਦਿੱਤਾ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਰੂਸ ਦੇ ਰਾਕਟ ਹਮਲੇ ਵਿੱਚ ਯੂਕਰੇਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ਉੜੇਸਾ ਦੇ ਹਾਈਵੇ ਅੱਡੇ ਦਾ ਰੰਗਵੇ ਅਤੇ ਕਾਲਾ ਸਾਗਰ ਦਾ ਇੱਕ ਮਹੱਤਵਪੂਰਨ ਬੰਦਰਗਾਹ ਨੂੰ ਨੁਕਸਾਨ ਪਹੁੰਚਿਆ ਹੈ ਯੂਕਰੇਨ ਦੀ ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਟੈਲੀਗ੍ਰਾਮ ਤੇ ਇੱਕ ਪੋਸਟ ਵਿੱਚ ਯੂਕਰੇਨ ਦੇ ਆਪਰੇਸ਼ਨਲ ਕਮਾਂਡ ਸਾਊਥ ਨੇ ਦੱਸਿਆ ਕਿ ਰਾਕਟ ਹਮਲੇ ਤੋਂ ਬਾਅਦ ਉੜੀਸਾ ਰਣਵੇ ਵਰਤੋਂ ਯੋਗ ਨਹੀਂ ਰਿਹਾ ਹੈ ਯੂਕਰੇਨ ਦੀ ਸਮਾਚਾਰ ਕਮੇਟੀ ਯੂ ਐਨ ਆਈ ਐਨ ਨੇ ਫੌਜੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਦੇ ਲੋਕਾਂ ਤੋਂ ਸੁਰੱਖਿਅਤ ਥਾਵਾਂ ਤੇ ਸ਼ਰਨ ਲੈਣ ਨੂੰ ਕਿਹਾ ਗਿਆ ਉੜੀਸਾ 'ਚ ਧਮਾਕਿਆਂ ਦੀਆਂ ਕਈ ਆਵਾਜ਼ਾਂ ਸੁਣੀਆਂ ਗਈਆਂ ਨੇ ਉੜੀਸਾ ਦੇ ਖੇਤਰੀ ਗਵਰਨਰ ਨੇ ਕਿਹਾ ਕਿ ਰਾਕਟ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਤੋਂ ਦਾਗੇ ਗਏ ਸਨ ਉਨ੍ਹਾਂ ਨੇ ਦੱਸਿਆ ਕਿ ਕਿਸੇ ਦੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਕੀਵ ਖੇਤਰ ਵਿੱਚ 900 ਲਾਸ਼ਾਂ ਇੱਕ ਨਾਲ ਹੋਰ ਸਮੂਹਿਕ ਕਬਰ ਦੀ ਮਿਲੀ ਹੈ ਅਤੇ ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਬਲੋਦਿਵੀਰ ਜ਼ੇਲੈਂਸਕੀ ਨੇ ਦੱਸਿਆ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੋਲੈਂਡ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਜਿਸ ਖੇਤਰ ਵਿੱਚ ਸਮੂਹਿਕ ਕਬਰ ਮਿਲੀ ਹੈ ਉਸਤੇ ਮਾਰਚ ਮਹੀਨੇ ਚ ਰੂਸੀ ਸੈਨਾ ਨੇ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਕਿਹਾ ਕੋਈ ਨਹੀਂ ਜਾਣਦਾ ਕਿ ਕਿੰਨੇ ਲੋਕ ਮਾਰੇ ਗਏ ਨੇ ਪਹਿਲਾਂ ਜਾਂਚ ਹੋਏਗੀ ਫਿਰ ਨਤੀਜੇ ਆਉਣਗੇ ਫਿਰ ਇੱਕ ਮਰਦਸ਼ੁਮਾਰੀ ਹੋਏਗੀ ਇਸ ਮੌਕੇ ਜ਼ੇਲੈਂਸਕੀ ਨੇ ਇਹ ਵੀ ਦਾਅਵਾ ਕੀਤਾ ਕਿ 24 ਫਰਵਰੀ ਤੋਂ ਸ਼ੁਰੂ ਹੋਏ ਯੁੱਧ ਤੋਂ ਬਾਅਦ paga. 5 ਲੱਖ ਯੂਕਰੇਨੀ ਲੋਕ ਨਜ਼ਾਇਜ਼ ਢੰਗ ਨਾਲ ਰੂਸ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਯੂਕਰੇਨੀ ਵਕੀਲ ਅਤੇ ਕਾਨੂੰਨੀ ਅਧਿਕਾਰੀ ਉਹਨਾਂ 7 ਰੂਸੀ ਸੈਨਿਕਾਂ ਨੂੰ ਲੱਭਣਗੇ ਤੇ ਉਹਨਾਂ ਤੇ ਮੁਕੱਦਮੇ ਚਲਾਉਣਗੇ ਜੋ ਯੂਕਰੇਨ ਦੇ ਨਾਗਰਿਕਾਂ ਖਿਲਾਫ ਕੀਤੇ ਗਏ ਅਪਰਾਧਾਂ ਨਾਲ ਜੁੜੇ ਨੇ ਜਾਂਚ ਕਰਤਾਵਾਂ ਨੂੰ ਹੁਣ ਤੱਕ ਕੀਵ ਖੇਤਰ ਵਿੱਚ ਸਮੂਹਿਕ ਕਬਰਾਂ ਵਿੱਚ ਲਗਭਗ 1100 ਲਾਸ਼ਾਂ ਮਿਲੀਆਂ ਨੇ ਇਸ ਤੋਂ ਇਲਾਵਾ ਮਾਰੀਓਪੋਲ ਸ਼ਹਿਰ ਦੇ ਬਾਰੇ ਇਲਾਕੇ ਵਿੱਚ ਤਿੰਨ ਸਮੂਹਿਕ ਕਬਰਾਂ ਵੀ ਮਿਲੀਆਂ ਨੇ ਜਿਸ ਵਿੱਚ ਹਜ਼ਾਰਾਂ ਨਾਗਰਿਕਾਂ ਦੀਆਂ ਲਾਸ਼ਾਂ ਨੇ ਜਦੋਂ 1 23 April ਨੂੰ ਬੂਚਾ ਦੇ ਮੇਅਰ ਨੇ ਦੱਸਿਆ ਕੀ ਰੂਸੀ ਸੈਨਾ ਵੱਲੋਂ ਮਾਰੇ ਗਏ 412 ਨਾਗਰਿਕ ਕੀਵ ਸ਼ਹਿਰ ਤੋਂ ਲਗਭਗ 31 ਕਿਲੋਮੀਟਰ ਦੂਰ ਸ਼ਹਿਰ ਵਿੱਚ ਸਮੂਹਿਕ ਕਬਰਾਂ ਵਿੱਚ ਮਿਲੇ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਤਰ੍ਹਾਂ ਇੰਡੋਨੇਸ਼ੀਆ ਨੇ ਰੂਸ ਦੇ ਰਾਸ਼ਟਰਪਤੀ ਪੋਪਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੋਵਾਂ ਨੂੰ ਨਵੰਬਰ ਵਿੱਚ ਹੋਣ ਵਾਲੇ ਸਮੂਹ ਦੇ G20 ਸੰਮੇਲਨ ਲਈ ਸੱਦਾ ਦਿੰਦਾ ਹੈ ਇਹ ਜਾਣਕਾਰੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਨੇ ਦਿੱਤੀ ਹੈ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਵਿਡੋਡੋ ਨੇ ਕਿਹਾ ਕਿ ਇੰਡੋਨੇਸ਼ੀਆ ਸ਼ਾਂਤੀ ਯਤਨਾਂ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੈ ਇੰਡੋਨੇਸ਼ੀਆ G20 ਦੇਸ਼ਾਂ ਨੂੰ ਇੱਕਜੁੱਟ ਕਰਨਾ ਚਾਹੁੰਦਾ ਹੈ ਵੰਡਿਆ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਂਤੀ ਅਤੇ ਸਥਿਰਤਾ ਵਿਸ਼ਵ ਆਰਥਿਕ ਵਿਕਾਸ ਦੀਆਂ ਕੁੰਜੀਆਂ ਨੇ ਉਹਨਾਂ ਨੇ ਕਿਹਾ ਕਿ ਜੀ-20 ਵਿਸ਼ਵ ਅਰਥਚਾਰੇ ਦੇ ਰਿਕਵਰੇ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਉਂਦਾ ਹੈ ਉਸਨੇ ਇਹ ਵੀ ਕਿਹਾ ਕਿ ਉਸਨੇ ਇਸ ਹਫਤੇ ਰੂਸ ਅਤੇ ਯੂਕਰੇਨ ਦੋਵਾਂ ਦੇ ਨੇਤਾਵਾਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ ਬੀਰਵਾਰ ਨੂੰ ਵੀ ਦੋਡੋ ਅਤੇ ਪੁਤਿਨ ਨੇ ਫੋਨ ਗੱਲਬਾਤ ਵਿੱਚ ਰੂਸ ਇੰਡਾਸ਼ੀਆਈ ਸਹਿਯੋਗ ਦੇ ਮੁੱਦਿਆਂ ਅਤੇ ਜੀ-20 ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਇਸ ਦੇ ਨਾਲ ਹੀ बुधवार ਨੂੰ ਜ਼ੇਲੈਂਸਕੀ ਨਾਲ ਗੱਲਬਾਤ ਵਿੱਚ ਵਡੋਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਤੋਂ ਹਥਿਆਰਾਂ ਦੀ ਬੇਨਤੀ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇੰਡੋਨੇਸ਼ੀਆ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਸ਼ਨੀਵਾਰ ਸਵਾਲ ਦਾ ਚੰਨ ਨਹੀਂ ਦੇਖਿਆ ਜਿਸ ਕਾਰਨ ਐਤਵਾਰਿਕ ਮਈ ਰਮਜ਼ਾਨ ਦਾ ਆਖਰੀ ਦਿਨ ਹੋਏਗਾ ਤੇ ਦੇਸ਼ ਵਿੱਚ ਸੋਮਵਾਰ 2 ਮਈ ਨੂੰ ਈਦ ਉਲ ਫਤਰ ਦਾ ਤਿਹਾਰ ਮਨਾਇਆ ਜਾਏਗਾ ਯੂਏਈ ਚੰਨ ਦੇਖਣ ਲਈ ਗਠਿਤ ਕਮੇਟੀ ਨੇ ਸ਼ਨੀਵਾਰ ਨੂੰ ਇਹ ਸੂਚਨਾ ਦਿੱਤੀ ਖਲੀਜ਼ ਟਾਈਮ ਅਨੁਸਾਰ ਇਨਸਾਫ ਮੰਤਰੀ ਅਤੇ ਚੰਨ ਦੇਖਣ ਵਾਲੀ ਕਮੇਟੀ ਦੇ ਪ੍ਰਧਾਨ ਅਬਦੁੱਲਾਹ ਬਿਨ ਸੁਲਤਾਨ ਅਲ ਨੁਯਮੀ ਨੇ ਕਿਹਾ ਕਿ ਚੰਨ ਦੇਖਣ ਦੇ ਸ਼ਰੀਆ ਚ ਦੱਸੇ ਗਏ ਤਰੀਕਿਆਂ ਦਾ ਇਸਤੇਮਾਲ ਕਰਕੇ ਚੰਨ ਦੇਖਣ ਦੀ ਕੋਸ਼ਿਸ਼ ਅਤੇ ਗੁਆਂਢੀ ਦੇਸ਼ਾਂ ਦੇ ਸੰਪਰਕ ਤੋਂ ਬਾਅਦ ਤੈਅ ਕਰ ਪਾਇਆ ਗਿਆ ਹੈ ਕਿ ਸ਼ਨੀਵਾਰ ਸ਼ਾਮ ਸਵਾਲ ਦਾ ਚੰਦ ਨਹੀਂ ਦੇਖਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਆਧਾਰ ਤੇ ਰਮਜ਼ਾਨ ਦਾ ਆਖਰੀ ਰੋਜ਼ਾ ਐਤਵਾਰ ਨੂੰ ਰੱਖਿਆ ਜਾਏਗਾ ਤੇ ਈਦ ਉਲ ਫਤਰ ਤੋਂ ਬਾਅਦ ਨੂੰ ਮਨਾਇ ਜਾਏਗੀ 25 April 2019 ਨੂੰ ਮਾਨਸਾ ਤੋਂ ਵਿਦਾਇਕ ਨਾਜ਼ਰ ਸਿੰਘ ਮਾਨਸ਼ਾਇਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਸੀ ਅਤੇ ਉਸ ਸਮੇਂ ਭਗਵੰਤ ਸਿੰਘ ਮਾਨ ਨੇ ਪ੍ਰੈਸ ਵਿੱਚ ਕਿਹਾ ਸੀ ਕਿ ਨਾਜ਼ਰ ਸਿੰਘ बिक ਗਏ ਨੇ ਉਹਨਾਂ ਨੇ 10 ਕਰੋੜ ਦੇ ਇੱਕ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਦੀ ਕੁਰਸੀ ਪੱਕੀ ਕੀਤੀ ਹੈ ਜਿਸ ਤੋਂ ਬਾਅਦ ਉਸੇ ਸਮੇਂ ਦੇ ਮਾਨਸਾ ਵਿਧਾਇਕ ਨਾਜ਼ਰ ਸਿੰਘ ਨੇ ਮਾਨਸਾ ਅਦਾਲਤ ਵਿੱਚ ਭਗਵੰਤ ਮਾਨ ਅਤੇ ਕੁਝ ਹੋਰਾਂ ਖਿਲਾਫ ਇੱਜ਼ਤ ਹੱਦ ਤੱਕ ਦਾ ਕੇਸ ਤਿਆਰ ਕੀਤਾ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਮਨ ਜਾਰੀ ਕਰਦਿਆਂ 21 ਜੁਲਾਈ ਨੂੰ ਅਦਾਲਤ ਮਾਨਸਾ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ 2 ਮਈ ਤੱਕ ਅਤੇ ਪੂਰਬੀ ਭਾਰਤ ਵਿੱਚ 3 ਅਪ੍ਰੈਲ ਤੱਕ ਹੀਟ ਵੇਵ ਜਾਰੀ ਰਹੇਗਾ ਉੱਥੇ ਹੀ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਸ਼ਨੀਵਾਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਰਾਜਸਥਾਨ ਦਿੱਲੀ ਪੰਜਾਬ ਅਤੇ ਹਰਿਆਣਾ ਲਈ ਰਾਹਤ ਦੀ ਖਬਰ ਹੈ ਇੱਥੇ 2 ਤੋਂ 4 ਮਈ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ ਅਪ੍ਰੈਲ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਸ਼ੁੱਕਰਵਾਰ ਨੂੰ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 72 ਸਾਲਾਂ ਚ ਦੂਜੀ ਵਾਰ ਸੀ ਅਗਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਮੌਸਮ ਵਿਭਾਗ ਅਨੁਸਾਰ ਪੱਛਮੀ ਮੱਧ ਪ੍ਰਦੇਸ਼ ਵਿਦਰਬ ਜੰਮੂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ, ਛੱਤੀਸਗੜ, ਬਿਹਾਰ, ਚਾਰਖੰਡ, ਪੱਛਮੀ ਬੰਗਾਲ, ਤੇਲੰਗਾਨਾ ਅਤੇ ਅੰਦਰੂਨੀ ਹਿੱਸਿਆਂ ਵਿੱਚ ਗਰਮੀ ਦੀ ਸੰਭਾਵਨਾ ਹੈ। ਦਿੱਲੀ ਸਮੇਤ ਪੂਰੀ ਉੱਤਰੀ ਭਾਰਤ ਕੜਾਕੇ ਦੀ ਗਰਮੀ ਕਾਰਨ ਝੁਲਸ ਰਿਹਾ ਹੈ। ਆਈਐਮਡੀ ਦੇ ਸੀਨੀਅਰ ਵਿਗਿਆਨੀ ਆਰਕੇ ਜਾਨਾਮੀ ਨੇ ਕਿਹਾ ਕਿ 2 ਤੋਂ 4 ਮਈ ਤੱਕ ਰਾਜਸਥਾਨ, ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਅਤੇ ਗਾਰਜ ਨਾਲ ਮੀਂਹ ਪੈ ਸਕਦਾ ਹੈ। ਇਸ ਕਾਰਨ ਤਾਪਮਾਨ ਛਤਿਅਤੇ 48 ਡਿਗਰੀ ਸੈਲਸੀਅਸ ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਿੰਕ ਕੋਰਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਸੀਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸ਼ਸ਼ਟਕਾਲ